ਭਾਜੀ ਉਮਰ 8 ਮਹੀਨਿਆਂ ਦਾ ਹੈਗਾ ਜੀ। ਹਾਂਜੀ ਤੇ ਭਾਜੀ ਇਹਦੀ ਲੈਟਰਿੰਗ ਵਾਲੀ ਨਾਲੀ ਬਲੌਕ ਹੋ ਗਈ ਆ। ਅੱਠ ਮਹੀਨੇ ਦੇ ਪੁੱਤ ਤੇ ਪਏ ਗੰਭੀਰ ਦੁੱਖ ਨੂੰ ਵੇਖ ਕੇ ਤਾਹਾਂ ਮਾਰ ਕੇ ਰੋਂਦੀ ਮਾਂ ਨੇ ਲਗਾਈ ਸਮਾਜ ਸੇਵੀਆਂ ਨੂੰ ਇਲਾਜ ਕਰਵਾਉਣ ਦੀ ਗੁਹਾਰ। ਕਿਹਾ, ਮੇਰੇ ਦਿਲ ਦੇ ਟੁਕੜੇ ਨੂੰ ਬਚਾ ਦਿਓ, ਮੇਰੀ ਭਾਵੇਂ ਜਾਨ ਲੈ ਲਓ। ਜੀ ਹਾਂ, ਅਜਿਹੀ ਦੁਖਦਾਈ ਖਬਰ ਦੱਸਦੇ ਹੋਏ ਵੀ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਹੈ। ਜਦ ਇੱਕ 8 ਮਹੀਨੇ ਦਾ ਬੱਚਾ ਜੋ ਕਿ ਗੰਭੀਰ ਬਿਮਾਰੀ ਨਾਲ ਲੜ ਰਿਹਾ ਹੋਵੇ ਤੇ ਉੱਤੋਂ ਉਸਦੀ ਮਾਂ ਰੋਂਦੀ ਹੋਈ ਆਪਣੇ ਪੁੱਤ ਦੀ ਜਾਨ ਬਚਾਉਣ ਲਈ ਲੋਕਾਂ ਅੱਗੇ ਤਰਲੇ ਮਾਰਦੀ ਫਿਰਦੀ ਹੋਵੇ ਤੇ ਕਿਸੇ ਰੱਬ ਦੇ ਉਸ ਬੰਦੇ ਨੂੰ ਉਡੀਕ ਰਹੀ ਹੋਵੇ ਜੋ ਉਸਦੇ ਦਿਲ ਦੇ ਟੁਕੜੇ ਨੂੰ ਬਚਾ ਲਵੇ। ਇਹ ਮਾਮਲਾ ਸਾਹਮਣੇ ਆਇਆ ਤਰਨ ਤਾਰਨ ਦੇ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸਬਰਾਂ ਤੋਂ, ਜਿੱਥੇ ਕਿ ਇੱਕ 8 ਮਹੀਨੇ ਦਾ ਬੱਚਾ ਅਰਸ਼ਦੀਪ ਸਿੰਘ ਗੰਭੀਰ ਬਿਮਾਰੀ ਦੇ ਨਾਲ ਜੂਝ ਰਿਹਾ, ਜਿਸਦੀ ਕਿ ਮਲ ਨਿਕਾਸ ਵਾਲੀ ਨਾਲੀ ਬਲੌਕ ਹੋ ਜਾਣ ਕਾਰਨ ਡਾਕਟਰਾਂ ਵੱਲੋਂ ਉਸਦੇ ਪੇਟ ਵਿੱਚ ਚੀਰਾ ਦੇ ਕੇ ਮਲ ਵਾਸਤੇ ਪਾਈਪ ਪਾ ਕੇ ਉਸ ਨੂੰ ਬਾਹਰ ਕੱਢ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਾ ਓਪਰੇਸ਼ਨ ਹੋਵੇਗਾ ਜਿਸ 'ਤੇ ਲੱਖਾਂ ਰੁਪਏ ਦਾ ਖਰਚਾ ਆਵੇਗਾ। ਪੀੜਤ ਬੱਚੇ ਦੇ ਮਾਤਾ ਪਿਤਾ ਨੇ ਆਪਣੇ ਬੇਟੇ ਦੀ ਜਾਨ ਬਚਾਉਣ ਲਈ ਆਪਣਾ ਘਰ, ਇੱਥੋਂ ਤੱਕ ਕਿ ਆਪਣੇ ਘਰ ਦਾ ਸਾਰਾ ਸਮਾਨ ਵੀ ਵੇਚ ਕੇ ਆਪਣੇ ਬੇਟੇ ਅਰਸ਼ਦੀਪ ਦਾ ਇਲਾਜ ਕਰਵਾਇਆ ਸੀ ਅਤੇ ਇੱਕ ਆਪਰੇਸ਼ਨ ਕਰਵਾਇਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸਦਾ ਦੂਜਾ ਆਪਰੇਸ਼ਨ ਕਰਨ ਲਈ ਕਹਿ ਦਿੱਤਾ, ਜਿਸ 'ਤੇ 4 ਲੱਖ ਰੁਪਏ ਦੀ ਡਾਕਟਰਾਂ ਨੇ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਉਹ ਇੰਨੇ ਜ਼ਿਆਦਾ ਗਰੀਬ ਹਨ ਕਿ 2 ਵਕਤ ਦੀ ਰੋਟੀ ਵੀ ਹੁਣ ਨਸੀਬ ਨਹੀਂ ਹੁੰਦੀ। ਉੱਤੋਂ ਉਹਨਾਂ ਦੇ ਪੁੱਤ 'ਤੇ ਵਾਪਰ ਰਿਹਾ ਦੁੱਖ ਦਾ ਇਹ ਪਹਾੜ ਵੇਖ ਕੇ ਉਹਨਾਂ ਤੋਂ ਰਿਹਾ ਨਹੀਂ ਜਾ ਰਿਹਾ। ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਹ ਉਹਨਾਂ ਦੇ ਬੱਚੇ ਦਾ ਇਲਾਜ ਕਰਵਾ ਦੇਣ ਤਾਂ ਜੋ ਉਹਨਾਂ ਦੇ ਬੱਚੇ ਦੀ ਜਾਨ ਬਚ ਸਕੇ। ਉਹਨਾਂ ਕਿਹਾ ਕਿ ਉਹਨਾਂ ਦੇ ਬੱਚੇ ਦੇ ਵਿੱਚ ਹੀ ਉਹਨਾਂ ਦੀ ਜਾਨ ਹੈ, ਜੇ ਉਹਨਾਂ ਦੇ ਬੱਚੇ ਨੂੰ ਕੁਝ ਹੋ ਗਿਆ ਤਾਂ ਉਹ ਵੀ ਜ਼ਿੰਦਾ ਨਹੀਂ ਰਹਿਣਗੇ। ਮੇਰਾ ਨਾਮ ਬਗੀਚਾ ਸਿੰਘ ਆ ਜੀ। ਹਾਂਜੀ ਭਾਜੀ, ਇਹਦਾ ਨਾਂ ਹੈਗਾ ਅਕਾਸ਼ਦੀਪ ਸਿੰਘ ਹੈਗਾ ਏ। ਭਾਜੀ ਇਹਦੀ ਉਮਰ 8 ਮਹੀਨਿਆਂ ਦਾ ਹੈਗਾ ਏ। ਹਾਂਜੀ ਤੇ ਭਾਜੀ ਇਹਦੀ ਲੈਟਰਿੰਗ ਵਾਲੀ ਨਾਲੀ ਬਲੌਕ ਹੋ ਗਈ ਆ ਅਤੇ ਇਹਦੇ 'ਤੇ ਭਾਜੀ ਅਸੀਂ ਪੱਟੀ ਖੜਿਆ ਸੀ। ਪੱਟੀਓਂ ਆਉਂਦੇ ਕਿ ਨਾਲ ਦੇਈ ਇੱਕ ਨੇ ਰੱਖਿਆ ਪੂਰਾ, ਉਹਨਾਂ ਨੇ ਭਾਜੀ ਜਵਾਬ ਦੇ ਦਿੱਤਿਆ ਹੈ। ਫਿਰ ਆਉਂਦੇ ਕਿ ਇਹਨੂੰ ਅੰਮ੍ਰਿਤਸਰ ਲੈ ਜਾਓ, ਅੰਮ੍ਰਿਤਸਰ ਖੜਿਆ ਅਤੇ ਉਹਨਾਂ ਨੇ ਵੀ ਜਵਾਬ ਦੇ ਦਿੱਤਿਆ 5-6 ਦਿਨ ਰੱਖ ਕੇ। ਉਹ ਵੀ ਆਉਂਦੇ ਕਿ PGI ਚੰਡੀਗੜ੍ਹ ਲੈ ਜਾਓ। ਚੰਡੀਗੜ੍ਹ ਖੜਿਆ, ਚੰਡੀਗੜ੍ਹ ਉਹਨਾਂ ਨੇ ਭਾਜੀ ਓਪਰੇਸ਼ਨ ਕਰ ਦਿੱਤਿਆ ਇਹਦਾ ਅਤੇ ਆਉਂਦੇ ਕਿ ਹੋਰ ਇੱਕ ਓਪਰੇਸ਼ਨ ਹੋਣਾ ਵਾ ਅਤੇ ਉਹਦੇ ਵਾਸਤੇ ਭਾਜੀ ਸਾਡੇ ਕੋਲ ਕੁਛ ਨਹੀਂ ਹੈਗਾ, ਅਸੀਂ ਬੱਚੇ ਨੂੰ ਘਰ ਲੈ ਆਉਂਦਾ ਅਤੇ ਬਾਕੀ ਇਹਨਾਂ ਘਰ ਬੂਹਾ ਜੋ ਵੀ ਹੈਗਾ ਭਾਜੀ ਸਾਰਾ ਗਹਿਣੇ ਪਾ ਕੇ ਅਤੇ ਹੁਣ ਇਸ ਵਾਰ ਤਾਂ ਰੋਟੀ ਤੋਂ ਵੀ ਤੰਗ ਹੋਏ ਫਿਰਦੇ ਹਾਂ। ਅਤੇ ਭਾਜੀ ਚਲੋ ਇੰਨਾ ਕਿ ਸਾਡੀ ਮਦਦ ਕਰੋ, ਇਹ ਬੱਚੇ ਦਾ ਇਲਾਜ ਹੋ ਜਾਵੇ ਬਸ, ਹੋਰ ਸਾਨੂੰ ਕੁਛ ਨਹੀਂ ਚਾਹੀਦਾ ਭਾਜੀ। ਹਾਂਜੀ ਭਾਜੀ, ਮੇਰਾ ਮੋਬਾਈਲ ਨੰਬਰ ਹੈਗਾ 84371501। ਦੀ ਲੈਟਰਿੰਗ ਵਾਲੀ ਨਾਲੀ ਬਲੌਕ ਹੋ ਗਈ ਸੀ ਜੀ, ਅਤੇ ਅਸੀਂ ਓਪਰੇਸ਼ਨ ਕਰਾਉਣ ਗਏ, ਉਹ ਇਲਾਜ ਕਰਾਉਣ ਗਏ ਸੀ ਇਹਦਾ। ਅਸੀਂ ਪੱਟੀ ਗਏ ਸੀਗੇ, ਪੱਟੀਆਂ ਉਹਨਾਂ ਨੇ ਸਾਨੂੰ ਜਵਾਬ ਦੇ ਦਿੱਤਿਆ, ਕਹਿੰਦੇ ਇਹਦਾ ਓਪਰੇਸ਼ਨ ਹੋਣਾ। ਫਿਰ ਅੰਮ੍ਰਿਤਸਰ ਗਏ, ਉਹਨਾਂ ਨੇ ਵੀ ਸਾਨੂੰ ਜਵਾਬ ਦੇ ਦਿੱਤਿਆ, ਉਹ ਕਹਿੰਦੇ ਚੰਡੀਗੜ੍ਹ ਲੈ। ਚੰਡੀਗੜ੍ਹ ਪੈਸਾ ਵਾਧੂ ਲੱਗਦਾ ਜੀ, ਜਿਹੜਾ ਕੁਛ ਸੀ ਸਾਡੇ ਕੋਲ ਅਸੀਂ ਲਾ ਦਿੱਤਿਆ ਜੀ, ਹੁਣ ਸਾਡੇ ਕੋਲ ਕੁਛ ਵੀ ਨਹੀਂ ਆਇਆ। ਘਰ ਵੀ ਅਸੀਂ ਗਹਿਣੇ ਪਾ ਦਿੱਤੇ ਆ ਭਾਜੀ, ਅਤੇ ਹੁਣ ਜਿੰਨੀ ਵੀ ਹੋ ਸਕੇ ਸਾਡੀ ਮਦਦ ਕਰੋ ਬਸ, ਹੋਰ ਕੁਛ ਵੀ ਨਹੀਂ। ਬਹੁਤ ਦੁਖੀ ਆ ਅਸੀਂ, ਸਾਡੇ 'ਤੇ ਮਾੜੀ ਮੋਟੀ ਤਰਸ ਕਰੋ। ਸਾਡਾ ਬੱਚਾ ਬਹੁਤ ਦੁਖੀ ਆ, ਇਹਦੇ ਗਾਣੇ ਬਸ ਅਸੀਂ ਹੱਥ ਜੋੜ ਕੇ ਤੁਹਾਡੇ ਗਾਣੇ ਬੇਨਤੀ ਕਰਦੀ, ਜਿੰਨੀ ਵੀ ਹੋ ਸਕੇ ਸਾਡੀ ਮਦਦ ਕਰੋ, ਸਾਡਾ ਬੱਚਾ ਤੰਦਰੁਸਤ ਹੋ ਜਾਵੇ ਬਸ, ਸਾਨੂੰ ਹੋਰ ਕੁਛ ਨਹੀਂ ਚਾਹੀਦਾ ਬਸ। ਕੀ ਹੈ ਸਾਰੀ
ਬੱਚੇ ਨੂੰ ਠੀਕ ਨਹੀਂ ਆ ਭਾਜੀ, ਇਹ ਬੱਚਾ ਨਾ ਮਹੀਨਾ ਆ ਗਿਆ ਬਿਮਾਰ ਸੀਗਾ ਅਤੇ ਇਹਨੂੰ ਲਿਜਾਉਂਦੇ ਰਹੇ ਅਸੀਂ ਵੀ ਪਤੀ ਵਾਲੇ ਜਵਾਬ ਦਿੱਤੇ ਤਰਨ ਤਾਰਨ ਵਾਲੇ ਅੰਮ੍ਰਿਤਸਰ ਆ ਗਏ ਉਹਨਾਂ ਨੇ ਮੁੜ ਕੇ ਚੰਡੀਗੜ੍ਹ ਖਲਾਤਾ ਉਹਨਾਂ ਨੇ ਭਾਜੀ ਮੈਨੂੰ ਗਹਿਣੇ ਘਰ ਹਫ਼ਤਾ ਪਾ ਦਿੱਤਾ ਵਾ ਇਹਨਾਂ ਦੇ ਭਾਜੀ ਇਸ ਟਾਈਮ 'ਤੇ ਘਰ ਖਾਣਾ ਦਾਣਾ ਵੀ ਹੁੰਦਾ ਅਸੀਂ ਦੇ ਕੇ ਜਾਂਦੇ ਦੁੱਧ ਵੀ ਆਟਾ ਗੁੱਟ ਸਾਰਾ ਸਮਾਨ ਹੀ ਦੇ ਕੇ ਜਾਂਦੇ ਭਾਜੀ ਅਸੀਂ ਤੂੰ ਮਦਾਦ ਹੀ ਸਾਡੀ ਤਾਂ ਉਹਨਾਂ ਦੇ ਬੱਚੇ ਬਾਰੇ ਮੈਂ ਗਰੀਬ ਹੈਗੀ ਉਹਨਾਂ ਨੇ ਤਾਂ ਘਰ ਵੀ ਵੇਚਤਾ ਇਹ ਆਉਂਦੇ ਸਾਡੇ ਇੱਕ ਬੱਚੇ ਦਾ ਫਿਰ 3 ਮਹੀਨਿਆਂ ਨੂੰ ਪ੍ਰੇਸ਼ਨ ਹੋਣਾ ਵਾ। ਰੰਗਲਾ ਟੀਵੀ ਲਈ ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ।